बिस्मिल्लाहिर्रहमानिर्रहीम। अस्सलाम वालेकुम अमीर की तीजन तमाम दोस्त, खैर वाफियत ना ऑर्डर। चैप्टर नंबर 19, उस जो डले चिंतूरे दी सुप्रेसा, जेले सेफ्टी बेल्ट ने उन्होंने यूज करना। ले चिंतूरे दी सुप्रेसा हाँ नलो स्कोपो दी लिमिटारे ई दानी अलकुंडुचांते ए ई पासेजरी इन काजो इंसिडेंट स्ट्रादाले। Le cinture di sicurezza delle fasti belt hanno l'obbligo, hanno lo scopo, una da maxade di limitare kam karna i danni jeda nuksan hai al conducente driver da e i passeggeri aur sawari jana in caso di incidenti da stradale agar hadsa ho janda sadak de utte bilkul vero kyunki pehne ho te bande nu safe rakhte ne le cinture di sicurezza devo na asre jo saath hai jede safety belt ne lazmi ਪਹਿਨੇ ਹੋਣੇ ਚਾਹੀਦੇ ਨੇ, ਪਾਏ ਹੋਣੇ ਚਾਹੀਦੇ ਨੇ। ਸੀਟ ਬੈਲਟ ਨੂੰ ਚਾਹੁੰਦੇ ਕਿਹਦੀ ਪਸੇਜਰੀ ਡਰਾਈਵਰ ਹੋਵੇ ਭਾਵੇਂ ਸਵਾਰੀਆਂ ਹੋਣ, ਉਹਨਾਂ ਸਾਰਿਆਂ ਨੇ ਬੈਲਟ ਪਾਏ ਹੋਣੇ ਚਾਹੀਦੇ ਨੇ। ਡੈਲ ਆਊਟਰ ਤੇਰੇ ਕਿਹਨੇ ਸਿਆਣਾ ਦੋਤਾ ਤੇ ਉਹ ਗੱਡੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਚਿੰਤੂਰੇ ਦੀ ਸੁਕਰੇਸੇ ਲੱਗੇ ਵੀ ਨੇ। ਬਿਲਕੁਲ ਵੇਰਾ ਲੈ ਚਿੰਤੂਰੇ ਸੁਕਰੇਸੇ ਰਿਖੇ ਦੋਨੋ ਉਨ ਪਰਯੋਦੋ ਕੰਟਰੋਲ ਦਾ ਲੋਰੋ ਸਟਾਟ ਦੀ ਉਜ਼ੂਰਾ ਏ ਦੀ ਐਫੀਸ਼ੀਐਂਸਾ, ਯਾਨੀ ਕਿ ਲੈ ਚਿੰਤੂਰੇ ਸੁਕਰੇ ਰਿਕੇਦੋ ਨੂੰ ਮੰਗਦੇ ਨੇ ਉਨ ਪ੍ਰਯੋਦਿਕ ਕੰਟਰੋਲ, ਯਾਨੀ ਕਿ ਕੁਝ ਟਾਈਮ ਬਾਅਦ ਉਹ ਕੰਟਰੋਲ ਮੰਗਦੇ ਨੇ। ਦਲ ਲੋਰ ਸਟਾਟੋ ਦੀ ਉਜ਼ੂਰਾ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ, ਯਾਨੀ ਕਿ ਉਹਨਾਂ ਦੀ ਹਾਲਤ ਚੱਲ ਚੱਲ ਕੇ ਕਿਸ ਤਰ੍ਹਾਂ ਦੀ ਇਹ ਐਫੀਸ਼ੀਐਂਸ ਆ ਉਹਨਾਂ ਦੀ ਕਾਰਗਰਦਗੀ। ਯਾਨੀ ਕਿ ਅਸਾਂ ਚਿੰਤੂਰੇ ਦੀ ਸੁਪਰੇਸ਼ਨ ਨੂੰ ਕੀ ਪੜਿਆ ਸੀ ਕਿ ਕੰਟਰੋਲ ਰੱਖਣੇ ਹੁੰਦੇ ਨੇ ਡਰਾਈਵਰ ਦੇ ਉੱਤੇ, ਓਬਲਿਕ ਹੋਵੇ ਕਿ ਕੰਟਰੋਲ ਰੱਖੇ ਕਿ ਆਇਆ ਚਿੰਤੂਰੇ ਦੀ ਸੁਕਰੇਸੇ ਜਿਹੜੇ ਨੇ ਉਹ ਘਸ ਘੁਸ ਤੇ ਨਹੀਂ ਗਏ ਹੈ, ਟੁੱਟਣ ਵਾਲੇ ਤੇ ਨਹੀਂ ਹੋ ਗਿਆ। ਇਹ ਸਾਰੀਆਂ ਚੀਜ਼ਾਂ ਡਰਾਈਵਰ ਨੇ ਕੰਟਰੋਲ ਰੱਖਣੀਆਂ ਸਨ, ਠੀਕ ਹੈ। ਇਸ ਵੇਲੇ ਕਰਕੇ ਹੁਣ ਪ੍ਰਯੋਦਿਕ ਕੰਟਰੋਲ ਹੋਵੇ। ਬਿਲਕੁਲ ਫਿਰ ਕਿ ਕੁਝ ਟਾਈਮ ਬਾਅਦ ਅਸੀਂ ਇਹਨੂੰ ਕੰਟਰੋਲ ਕਰਦੇ ਰਹਾਂਗੇ ਚਿੰਤੂਰੇ ਨੂੰ, ਯਾਨੀ ਕਿ ਚੈੱਕ ਕਰਦੇ ਰਹਾਂਗੇ, ਹੋਰ ਕੋਈ ਗੱਲ ਨਹੀਂ। ਲੈ ਚਿੰਤੂਰੇ ਦੀ ਸੁਕਰੇਸਾ ਦੇਵੋ ਨੂੰ ਐਸਰੇ ਤੀਪੂ ਦੀ ਮੁਲਾਕਾਤ, ਯਾਨੀ ਕਿ ਮਨਜ਼ੂਰ ਸ਼ੁਦਾ ਹੋਣੇ ਇਹ ਦੇਵੋ ਨੂੰ ਐਸਰੇ ਮਨ ਤੇ ਨੂੰ ਤੇ ਸੈਂਪਰੇ ਐਫੀਸ਼ੀਐਂਟੀ, ਔਰ ਸੈਂਪਰੇ ਯਾਨੀ ਕਿ ਐਫੀਸ਼ੀਐਂਟੀ ਯਾਨੀ ਕਿ ਮੁਸਰ ਤਰੀਕੇ ਨਾਲ ਇਹ ਹੋਣੇ ਚਾਹੀਦੇ, ਯਾਨੀ ਕਿ ਕਾਰਗਰਦਗੀ ਹੋਣੀ ਚਾਹੀਦੀ। ਹੋਰ ਕੋਈ ਵੇਰ ਐਫੀਸ਼ੀਐਂਟੀ ਲੈ ਚਿੰਤੂਰੇ ਸੁਕਰੇਸਾ ਹਾਨੋ ਲੋ ਸਕੋਪੋ ਦੀ ਮੰਤ ਮੇਰੇ, ਇਹਨਾਂ ਦਾ ਮਕਸਦ ਕੀ ਹੈ? ਹਾਨੋ ਲੋ ਸਕੋਪੋ ਮਕਸਦ ਦੀ ਮੰਤਨੇਰ ਰੱਖਣ ਇਲ ਕੋਰਪੋ ਅਟਾਕਾਤੋ, ਜਿਹੜਾ ਜਿਸਮ ਅਟਾਕਾਤੋ ਟੱਚ ਰਵੇ ਕਿਹਦੇ ਨਾਲ, ਅਲਸ ਦੇਲੇ ਸੀਟ ਦੇ ਨਾਲ, ਇਹ ਕਾਰ ਦੀ ਉਰਤ ਹੋ ਲੈਣ ਤੇ ਅਗਰ ਸਾਨੂੰ ਝਟਕਾ ਲੱਗਦਾ ਜ਼ੋਰ ਦਾ ਤਸ਼ੱਦਦ ਦਾਸ, ਠੀਕ ਹੈ। ਬਿਲਕੁਲ ਫਿਰ ਕਿਉਂਕਿ ਅਗਰ ਸਾਨੂੰ ਝਟਕਾ ਲੱਗਦਾ ਵੀ ਹੈ ਨਾ ਗੱਡੀ ਚਲਾਉਣ ਦੇ ਦੌਰਾਨ, ਚੰਤੂਰੇ ਪਾਏ ਹੋਣਾ ਤੇ ਅਸੀਂ ਕੀ ਕਰਾਂਗੇ, ਅਸੀਂ ਨਾਗਾ ਵਾਲੇ ਨਾਲ ਪਿਛਾ ਹੋਵਾਂਗੇ, ਅਸੀਂ ਉੱਥੇ ਹੀ ਸੀਟ ਉੱਤੇ ਜਿਵੇਂ ਰਵਾਂਗੇ। ਉਹਦੀ ਕੀ ਵਜ੍ਹਾ ਹੋਏਗੀ ਕਿ ਅਸਾਂ ਜਿਹੜੇ ਚੰਤੂਰੇ ਪਾਏ ਸਨ ਉਹਨਾਂ ਸਾਨੂੰ ਅਗਾਂਹ ਪਿਛਾਂ ਜੀ ਲੜ ਹੀ ਨਹੀਂ ਦਿੱਤਾ ਹੈ। ਬਿਲਕੁਲ ਲੈ ਚਿੰਤੂਰੇ ਸੁਕਰੇਸਾ ਹਾਨੋ ਲੋ ਸਕੋਪੋ ਦੀ ਵਿਤਾਰ ਕਿ ਇਲਕੁੰਦੂ ਚਾਹੁੰਦੇ ਉਹੀ ਪਸੇਜਰੀ ਵਾਦਾ ਨੂੰ ਜਾਂਦੇ ਨੇ, ਯਾਨੀ ਕਿ ਚਿੰਤੂਰੇ ਦੀ ਜਿਹੜੇ ਸੁਕਰੇਸੇ ਨੇ ਹਾਨੋ ਲੋ ਸਕੋਪੋ, ਉਹਨਾਂ ਦਾ ਮਕਸਦ ਹੈ, ਉਹਨਾਂ ਦਾ ਮਕਸਦ ਕੀ ਇਹ ਵਿਤਾਰ ਬਚਾਉਂਦੇ ਨੇ ਕਿ ਇਲਕੁੰਦੂ ਚਾਹੁੰਦੇ ਜਿਹੜਾ ਡਰਾਈਵਰ ਹੈ ਇਹ ਪਸੇਜਰੀ ਜਿਹੜੇ ਸਵਾਰੀਆਂ ਨੇ ਵਾਦਾ ਨੂੰ ਜਾਣ ਉਰਤਾਰੇ ਪਾਰ ਤੇ ਇਨ ਦੇਰ ਨਹੀਂ, ਯਾਨੀ ਕਿ ਪਸੇਜਰੀ ਵਾਦਾ ਨੂੰ ਪਸੇਜਰੀ ਜਾਂਦੇ ਨੇ ਕਿੱਥੇ ਜਾਂਦੇ ਨੇ, ਯਾਨੀ ਕਿ ਇਸਨੂੰ ਝਟਕਾ ਵਾਲਾ ਜੇ ਬੰਦਾ ਅੱਗੇ ਪਿੱਛੇ ਨਹੀਂ ਹੁੰਦਾ, ਕਦੇ ਇੱਧਰ ਵੱਜਦਾ ਤੇ ਕਦੇ ਇੱਧਰ ਵੱਜਦਾ, ਯਾਨੀ ਕਿ ਪਾਰ ਉਰਤਾਰੇ ਪਾਰ ਤੇ ਇੰਤੇਰ ਨਹੀਂ, ਯਾਨੀ ਕਿ ਉਹਨਾਂ ਨੂੰ ਝਟਕਾ ਲੱਗੇ ਪਾਰ ਤੇ ਇੰਤੇਰ ਨਹੀਂ ਅੰਦਰਲੀ ਸਾਈਡ ਤੇ ਦਲ ਵਹੀਕਲ ਉਹ ਗੱਡੀ ਦੇ ਇਨ ਕਾਜ਼ੋ ਦੀ ਉਰਤੋਂ ਵੇਲਾ ਤੇ ਅਗਰ ਛਿੱਕਾ ਹੁੰਦਾ ਤੇ, ਯਾਨੀ ਕਿ ਉਹਨਾਂ ਦੀ ਟੱਕਰ ਨਾ ਹੋਵੇ ਪਾਰ ਤੇ ਇੰਤੇਰ ਨਹੀਂ ਗੱਡੀ ਦੀ ਜਿਹੜੀ ਅੰਦਰ ਵਾਲੀ ਸਾਈਡ ਹੈ ਨਾ ਉਹਦੇ ਵਿੱਚ, ਯਾਨੀ ਕਿ ਗੱਡੀ ਦੇ ਅੰਦਰਲੀ ਸਾਈਡ ਤੇ ਚੀਜ਼ਾਂ ਲੱਗੀਆਂ ਹੁੰਦੀਆਂ ਨੇ, ਲੋਹੇ ਦੀ ਸਾਰੀ ਗੱਡੀ ਬਣੀ ਹੁੰਦੀ ਦਾ ਕੇਬਨ ਬਣਿਆ ਹੁੰਦਾ, ਅੰਦਰ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ, ਤੇ ਜੇ ਬੈਲਟ ਪਾਇਆ ਹੋਵੇ ਤੇ ਸਾਨੂੰ ਸੀਟ ਉੱਤੇ ਰੱਖੇਗਾ, ਤੇ ਜੇ ਬੈਲਟ ਨਾ ਹੋਵੇ ਤੇ ਹੋ ਸਕੇ ਅਸੀਂ ਵੱਜ ਉਹ ਉੱਠ ਕੇ ਗੱਡੀ ਦੇ ਡੈਸ਼ਬੋਰਡ ਤੋਂ ਵੱਜੀਏ, ਗੱਡੀ ਦੇ ਛੱਤ ਨੂੰ ਵੱਜੀਏ, ਅੰਦਰਲੀ ਸਾਈਡ ਦੀ ਯਾਨੀ ਕਿ ਅੰਦਰ ਹੀ ਸਾਨੂੰ ਪਿਆ ਉਹ ਅੱਗੇ ਪਿੱਛੇ ਲੱਗਣ ਤੇ ਸਾਡਾ ਨੁਕਸਾਨ ਹੋਵੇ। ਇਸ ਗੱਲ ਕਰਕੇ ਪਸੇਜਰੀ ਜਿਹੜੇ ਨੇ ਉਹ ਚਿੰਤੂਰੇ ਪੈਣ ਤੇ ਕੁਝ ਨਹੀਂ ਹੋਵੇਗਾ। ਲੈ ਚਿੰਤੂਰੇ ਸੁਕਰੇ ਸਾਨ ਲੋ ਸਕੋਪੋ ਦੀ ਵਿਤਾਰੇ ਨੂੰ ਚਾਹੁੰਦੇ ਵੀ ਪਸੇਜਰੀ ਸਿਆਨੋ ਕੋਈ ਤਾਤੀ ਵਾਲੀ ਸਟੇਰ ਨੂੰ, ਤਾਤੀ ਵਾਲੀ ਸਟੇਰ ਨੂੰ ਅਸਾਂ ਮੈਂ ਨਹੀਂ ਕੀ ਪੜਿਆ ਸੀ, ਅਸਾਂ ਪੜਿਆ ਸੀ ਕਿ ਤੁਹਾਨੂੰ ਬਾਹਰ ਨਾ ਫੈਂਕ ਦੇਣ, ਠੀਕ ਹੈ, ਬਾਹਰ ਫੈਂਕਣਾ। ਲੇਕਿਨ ਇੱਥੇ ਕਹਿੰਦਾ ਲੈ ਚਿੰਤੂਰੇ ਦੀ ਸੁਕਰੇਸਾ ਜਿਹੜਾ ਫਾਲਸੀ ਬੈਲਟ ਨੇ ਹਾਨੋ ਸਕੋਪੋ, ਉਹਨਾਂ ਦਾ ਮਕਸਦ ਦੀ ਵੀ ਤਾਰੇ ਬਚਿਆ ਜਾ ਸਕੇ ਜਾਂ ਬਚਾਉਣ ਕੇ ਲਕੁੰਦੂ ਚਾਹੁੰਦੇ ਜਿਹੜਾ ਡਰਾਈਵਰ ਹੈ ਕੋਈ ਪਾਸੇ ਜਿਹੜੀ ਜਿਹੜੀ ਸਵਾਰੀਆਂ ਨੇ ਸਿਆਨੋ ਪ੍ਰਯੁਤਾਤੀ ਵਾਲੀ ਸਟੇਰ
ਗਲਾ ਉੱਠ ਉੱਠ ਰਿਹਾ ਇਨਕਾ ਜ਼ਰੂਰ ਤੋਂ ਬੋਲਣ ਤੇ ਯਾਨੀ ਕਿ ਬਚਿਆ ਜਾ ਸਕੇ ਉਹਨਾਂ ਨੂੰ ਬਾਹਰ ਜਾਣ ਤੋਂ ਸਵਾਰੀ ਜਾਂ ਮੁਸਾਫਰ ਜਾਂ ਡਰਾਈਵਰ ਜਿਹੜਾ ਉਹਨਾਂ ਨੂੰ ਬਾਹਰ ਡਿੱਗਣ ਤੋਂ ਬਚਿਆ ਜਾ ਸਕੇ ਇਨਕਾ ਜ਼ਰੂਰ ਤੋਂ ਬੋਲਣ ਤੇ ਅਗਰ ਸ਼ਦੀਦ ਝਟਕਾ ਜਾਂ ਕੋਈ ਸ਼ਦੀਦ ਹਾਦਸਾ ਹੋ ਜਾਂਦਾ ਤੇ ਲੇਕਿਨ ਤੁਰੇ ਸੁਖਰੇ ਸਾ ਦੇਵ ਨੂੰ ਅਸਰ ਉਤਲੀ ਜਾ ਤੇ ਇਨਕਾਲ ਸਿਆਸੀ ਸਿਚੁਏਸ਼ਨ ਦੀ ਮਾਰ ਚਾ ਬਿਲਕੁਲ ਵੀਰੋ ਕਿਸੇ ਵੀ ਸਿਚੁਏਸ਼ਨ ਵਿੱਚ ਅਤੇ ਬੈਲਡ ਪਾੜੇ ਨੇ ਸਵਾਏ ਤ੍ਰੈ ਬੰਦਿਆਂ ਤੋਂ ਜਿਹੜੇ ਸਾਂ ਪੜੇ ਸਨ ਕਿ ਤ੍ਰੈ ਬੰਦੇ ਨੇ ਜਿਹੜੇ ਬੈਲਟ ਨਾ ਵੀ ਪਾਉਣ ਤੇ ਉਹਨਾਂ ਨੂੰ ਕੋਈ ਪਾਬੰਦੀ ਨਹੀਂ ਹੈ ਲੇਕਿਨ ਤੁਰੇ ਦੇ ਸੁਖਰੇ ਸਾ ਦੇਵ ਨੂੰ ਅਸਰ ਉਤਲੀ ਜਾ ਤੇ ਦੇਵਨ ਅਸਰ ਉਤਲੀ ਜਾ ਤੇ ਅੰਕੀ ਦੀ ਪਸੇ ਜਿਹੜੀ ਸੁਦੇਲੀ ਪੋਸਟਰੀਓਰੇ ਗਲੇ ਆਊਟ ਹੋਵੇ ਤੁਰੇ ਬਿਲਕੁਲ ਵੇਰੋ ਲੇਕਿਨ ਤੁਰੇ ਦੇ ਸੁਖਰੇ ਸਾ ਦੇਵ ਨੂੰ ਅਸਰ ਉਤਲੀ ਜਾ ਤੇ ਲਾਜ਼ਮੀ ਯੂਨ ਅੰਕੀ ਪਸੇ ਜਿਹੜੀ ਜਿਹੜੀਆਂ ਸਵਾਰੀਆਂ ਬੈਠੀਆਂ ਨੇ ਦੇ ਸੁਦੇਲੀ ਸੀਟ ਦੇ ਉੱਤੇ ਪੋਸਟਰੀਓਰੇ ਗੱਡੀ ਦੀ ਪਿਛਲੀ ਸੀਟ ਤੇ ਜਿਹੜੀਆਂ ਸਵਾਰੀਆਂ ਬੈਠੀਆਂ ਨੇ ਠੀਕ ਹੈ ਲਾਜ਼ਮੀ ਯੂਜ ਕਰਨ ਚਿੰਤੂਰ ਬਿਲਕੁਲ ਵੇਰੋ ਲੇਕਿਨ ਤੁਰੇ ਸੁਖਰੇ ਸਾ ਦੇਵ ਨੂੰ ਅਸਰ ਤਿਪੋ ਮਲੋਗਾ ਤੇ ਇਹ ਮਨ ਤੈਨੂੰ ਤੇ ਸੈਂਪਰੇ ਫੀ ਚਿੰਤੀ ਕੋਈ ਦਾ ਸਮਝ ਵੀ ਪੜਿਆ ਬਿਲਕੁਲ ਵੇਰੋ ਤਿਪੋ ਹੋਣਾ ਚਾਹੀਦਾ ਇਹ ਮੰਤਰ ਨੂੰ ਤੁਸੀਂ ਰੱਖੀ ਜਾਣ ਸੈਪਰੇ ਚੈਂਤੀ ਕਾਰਕਰਦਗੀ ਦੇ ਵਿੱਚ ਓਕੇ ਜੀ ਨੋਨ ਓਬਲੀਗਾਟੋਰੀ ਤੁਹਾਡੇ ਤੇ ਫਰਜ਼ ਨਹੀਂ ਹੈ ਉੱਥੇ ਜਾ ਰਹੇ ਲੇਕਿਨ ਤੁਰੇ ਦੇ ਸੁਖਰੇ ਆਊਟ ਆਫ ਦੂਰਾ ਕਾਰ ਦੇ ਵਿੱਚ ਕੌਣ ਤੁਸੀਂ ਚਿਰਕੁਲਾ ਜਦੋਂ ਚੱਲੋ ਇਹਨੂੰ ਨਾ ਵੇਲੇ ਜਿੱਥੇ ਤੁਸੀਂ 93 ਕਿਲੋਮੀਟਰ ਤੁਸੀਂ ਜਿਸ ਵੀ ਸਪੀਡ ਤੇ ਚੱਲੋ ਜਿੰਨੇ ਵੀ ਡਿਸਟੈਂਸ ਤੇ ਜਾਓ ਤੁਸੀਂ ਚਿੰਤੂਰੇ ਸੁਖਰੇ ਸੇ ਪਾਣਾ ਨੇ ਇੱਥੇ ਕਹਿੰਦੇ ਨੇ ਨੋਨੇ ਓਬਲੀਗਾਟੋਰੀ ਅਗਰ ਅਸੀਂ ਚੱਲਦੇ ਹਾਂ ਉਹ ਸਪੀਡ ਇਨਫੀਰੀਅਰ ਸਲੋ ਸਪੀਡ ਤੇ ਚੱਲਦੇ ਹਾਂ ਤੇ ਸਾਨੂੰ ਚਿੰਤਾ ਇਜਾਜ਼ਤ ਨਹੀਂ ਹੈ ਫਰਜ਼ ਨਹੀਂ ਹੈ ਸਾਡੇ ਨੋ ਫਾਲਸੋ ਫਿਰ ਇੱਥੇ ਕੀ ਕਹਿੰਦਾ ਨੋਨੇ ਓਬਲੀਗਾਟੋਰੀ ਫਰਜ਼ ਨਹੀਂ ਹੈ ਮਾਏ ਕੌਂਸਲੀਆ ਤੋਂ ਤੁਹਾਡੇ ਓਬਲੀਗਾਟੋਰੀ ਤੇ ਨਹੀਂ ਹੈ ਮਾਏ ਕੌਂਸਲੀਆ ਤੋਂ ਤੁਹਾਨੂੰ ਅਸੀਂ ਮਸ਼ਵਰਾ ਦੇ ਦਿੰਦੇ ਸਾਰੇ ਚਿੰਤੂਰੇ ਦੀ ਸੁਪੇਸਾ ਤੁਸੀਂ ਪਹਿਨ ਲਵੋ ਹਫਾਸੀ ਬੈਲਟ ਸੇ ਸੀ ਉਕੂਪਾ ਨੂੰ ਜੇ ਅਗਰ ਤੁਸੀਂ ਉਕੂਪਾ ਨੂੰ ਕਰਦੇ ਯਾਨੀ ਕਿ ਜੇ ਅਗਰ ਤੁਸੀਂ ਬਹਿੰਦੇ ਹੋ ਇਹ ਪੋਸਟੀ ਪੋਸਟਰੀਓਰ ਹੈ ਜੇ ਅਗਰ ਤੁਸੀਂ ਪਿਛਲੀਆਂ ਸੀਟਾਂ ਤੇ ਬਹਿੰਦੇ ਹੋ ਇਹਨੂੰ ਨਾਲ ਤੋਂ ਬਤੂਰਾ ਦਿਉ ਨਾਲ ਤੋਂ ਬਤੂਰਾ ਇੱਕ ਕਾਰ ਦੇ ਵਿੱਚ ਨੋ ਫਾਲਸੋ ਪਿਛਲੀ ਸੀਟ ਤੇ ਸਭ ਬਹਿਣਾ ਤੇ ਸਾਡੇ ਤੋਂ ਓਬਲੀਗਾਟੋਰੀ ਹੋਵੇ ਨਾ ਕਿ ਕੌਂਸਲੀਆਤ ਹੋਵੇ ਠੀਕ ਹੈ ਭਾਵੇਂ ਅਗਲੀ ਸੀਟ ਤੇ ਵੀ ਭਾਵੇਂ ਪਿਛਲੀ ਸੀਟ ਤੇ ਵੀ ਅਗਰ ਚਿੰਤੂਰੇ ਦੇ ਸੁਖਰੇ ਸਾ ਸੇਨੇ ਮਾਖੀ ਨਾ ਦੋਤਾ ਤੇ ਇਹ ਓਬਲੀਗਾਟੋਰੀ ਹੋ ਸੈਂਪਰੇ ਤੇ ਤੁਤੀ ਪਾਸੇਜਰੀ ਇਹ ਤੁਤੀ ਕੁੰਦੀ ਚੈਂਤੀ ਨੋਨੇ ਓਬਲੀਗਾਟੋਰੀ ਲੋਜ਼ ਤੋਂ ਤਲੇ ਚਿੰਤੂਰੇ ਦੇ ਸੁਖਰੇ ਸਾ ਓਬਲੀਗਾਟੋਰੀ ਉਹ ਫਰਜ਼ ਨਹੀਂ ਹੈ ਯੂਜ਼ ਕਰਨਾ ਚਿੰਤੂਰੇ ਦੇ ਸੁਖਰੇ ਸਾ ਸੂਨ ਆਊਟ ਹੋਵੇ ਤੁਰਾ ਇੱਕ ਕਾਰ ਦੇ ਵਿੱਚ ਦਾ ਪਾਰ ਤੇ ਦੀ ਪਰਸੋਨੀ ਅਨਸਿਆਨ ਹੈ ਜਿਹੜੇ ਬੱਚੇ ਨੇ ਜਾਂ ਜਿਹੜੇ ਆਊਟ ਹੋਵੇ ਤੁਰਾ ਦਾ ਪਾਰ ਤੇ ਦੀ ਪਰਸੋਨੀ ਅਨਸਿਆਨ ਹੈ ਇਹ ਤਾਂ ਸੁਪਰੀਓਰ ਸਿੱਧਾ ਤਾਂ ਨਹੀਂ ਨਾ ਉਹ ਫਾਲਸੋ ਜਿਸ ਬਜ਼ੁਰਗ ਦੀ ਜਿਹਦੀ ਉਮਰ ਜਿਹੜੀ ਹੈ ਨਾ ਪਰਸਨ ਇਨਸਾਨ ਹੈ ਜਿਹੜੇ ਬਜ਼ੁਰਗ ਵਡੇਰੇ ਬੰਦੇ ਉਹ ਉਹਨਾਂ 'ਚ ਓਬਲੀਗਾਟੋਰੀ ਨਹੀਂ ਹੈ ਨੋ ਫਾਲਸੋ ਇਹ ਤਾਂ ਸੁਪਰੀਓਰ ਹੈ ਜਿਹਦੀ ਉਮਰ 70 ਸਾਲ ਤੋਂ ਉੱਤੇ ਹੋਵੇ ਨੋ ਫਾਲਸੋ ਜਿੰਨੇ ਵੀ ਗੱਡੀ 'ਚ ਬਹਿਣਾ ਉਹਨੇ ਚਿੰਤੂਰੇ ਦੇ ਸੁਖਰੇ ਸਾ ਪਾਉਣੇ ਨੇ ਜਿਹਨਾਂ ਨਹੀਂ ਪਾਉਣੇ ਉਹ 3 ਬੰਦੇ ਸਨ ਉਹ ਅੱਗੇ ਅਸੀਂ ਕੁਝ ਕਰਦੇ ਹਾਂ ਨੋਨੇ ਓਬਲੀਗਾਟੋਰੀ ਉਹ ਫਰਜ਼ ਨਹੀਂ ਹੈ ਲਾਊਜ਼ ਉਹ ਤਲੇ ਚਿੰਤੂਰੇ ਦੇ ਸੁਖਰੇ ਸਾ ਤੁਸੀਂ ਵੇਖ ਲਈ ਮੁਨੀ ਦੀ ਏਅਰ ਬੈਗ ਜਿਹੜੀਆਂ ਗੱਡੀਆਂ ਦੇ ਵਿੱਚ ਏਅਰ ਬੈਗ ਲੱਗੇ ਆ ਜਿਹੜਾ ਅਸਾਂ ਪੜ੍ਹਿਆ ਸੀ ਉਹ ਇੱਕ ਕੁਸ਼ੀਨਾ ਹੁੰਦਾ ਨਲੋਂ ਦਾ ਹਾਦਸਾ ਹੁੰਦਾ ਤੇ ਪਤਾ ਫੁੱਲ ਜਾਂਦਾ ਇਹ ਜਿਹੜੀਆਂ ਗੱਡੀਆਂ 'ਚ ਉਹ ਨਹੀਂ ਲੱਗੇ ਆ ਉਹ ਕੀ ਕਰਨ ਉਹ ਨਾ ਪਹਿਨਣ ਕੀ ਨਾ ਪਹਿਨਣ ਚਿੰਤੂਰੇ ਦੇ ਸੁਖਰੇ ਸਾ ਨਾ ਫਾਲਸੋ ਸਾਰਿਆਂ ਪਾਣਾ ਲੈਸੀਪੀਆ ਕੇ ਇੰਡੀਕਾ ਜਿਹੜੀ ਬੱਤੀ ਮਨਕਾਟੋ ਗੰਚਾਮੇਨ ਤੋਂ ਡਰੇ ਚਿੰਤੂਰੇ ਬੈਲਟ ਜਿਹੜਾ ਉਹਨੂੰ ਨਹੀਂ ਬੰਨੇ ਆ ਪੂਰਾ ਸਿਰ ਡਿਸਬਿਲਿਟੀ ਤਾਂ ਅਸੀਂ ਉਹਨੂੰ ਬੱਤੀ ਨੂੰ ਡਿਸੇਬਲ ਕਰ ਸਕਦੇ ਹਾਂ ਬਿਲਕੁਲ ਨੂੰ ਜਾਣਦੇ ਆਪੋਜ਼ਿਟੋ ਕਮਾਂਡੋ ਬੋਸੋ ਸੁਰਕੋਰ ਕੁਸਕੂ ਤੋਂ ਡਰਾਈਵਰ ਉਹਨੂੰ ਡਿਸਐਕਟੀਵੇਟ ਕਰ ਸਕਦਾ ਕੋਨ ਆਪੋਜ਼ਿਟੋ ਕਮਾਂਡੋ ਇੱਕ ਖਾਸ ਬਟਨ ਦੇ ਜ਼ਰੀਏ ਬੋਸੋ ਸੁਰਕੋਰ ਕੁਸਕੂ ਤੋਂ ਲੱਗਿਆ ਹੁੰਦਾ ਡੈਸ਼ਬੋਰਡ ਦੇ ਵਿੱਚ ਨੋ ਫਾਲਸੋ ਸਿਪੀਆ ਦੀ ਚਿੰਤੂਰਾ ਦੀ ਸਿਕਰੇ ਸਾਰੀ ਜਿਹੜੀ ਹੈ ਨਾ ਰੈਡ ਬੱਤੀ ਜਿਹੜੀ ਬੱਲੀ ਜੋ ਬੈਲਟ ਨਾ ਪਾਇਆ ਹੋਵੇ ਤੇ ਮੈਂ ਦੱਸਿਆ ਸੀ ਕਿ ਉਹਦਾ ਕੋਈ ਵੀ ਇਸ ਤਰ੍ਹਾਂ ਦਾ ਬਟਨ ਨਹੀਂ ਹੁੰਦਾ ਕਿ ਤੁਸੀਂ ਉਸਨੂੰ ਡਿਸਐਕਟੀਵੇਟ ਕਰ ਸਕੋ ਇੱਥੇ ਪਤਾ ਕਿਉਂ ਡਿਸਐਕਟੀਵੇਟ ਦਾ ਕਹਿੰਦੇ ਨੇ ਉਹ ਜਿਹੜੀ ਬੱਤੀ ਹੈ ਨਾ ਅਗਰ ਚਿੰਤੂਰਾ ਦਾ ਨਾ ਪਾਇਆ ਹੋਵੇ ਤੇ ਗੱਡੀ ਵਿੱਚ ਬਹਿ ਗਈ ਅਸੀਂ ਤੇ ਵਿੱਚ ਘਰਾਂ ਨੂੰ ਵਜਣ ਲਾ ਪੈਣਾ ਵੀ ਉਹ ਬੰਦੇ ਤੰਗ ਕਰਦਾ ਇਹ ਫਿਰ ਦੱਸਦੇ ਨੇ ਕਿ ਅਸੀਂ ਅਗਰ ਨਹੀਂ ਪਾਇਆ ਤੇ ਉਹ ਬੱਤੀ ਬਲੇ ਦੀ ਬੈਲਟ ਨਹੀਂ ਪਾਇਆ ਅਸੀਂ ਨਹੀਂ ਬਣਨਾ ਚਾਹੁੰਦੇ ਅਸੀਂ ਤੁਹਾਨੂੰ ਇੱਕ ਸੁੱਚ ਦੇ ਜ਼ਰੀਏ ਬੰਦ ਕਰ ਸਕਦੇ ਬਟਨ ਤਾਂ ਕਿ ਬੀਪ ਬੀਪ ਉੱਤੇ ਬੱਤੀ ਜਿਹੜੀ ਉਹ ਬੰਦ ਹੋ ਜਾਵੇ ਨੋ ਫਾਲਸੋ ਐਂ ਦਾ ਬਟਨ ਹੀ ਕੋਈ ਨਹੀਂ ਉਹ ਬੀਪ ਬੀਪ ਹੁੰਦਾ ਹੀ ਰਹਿਣਾ ਜਿੰਨਾ ਚਿਰ ਤੁਸੀਂ ਪਾਉਣਾ ਨਹੀਂ ਤੁਸੀਂ ਮਜਬੂਰ ਹੋ ਕੇ ਚਿੰਤੂਰਾ ਪਾ ਲੈਣਾ ਕਿਉਂਕਿ ਉਹ ਬੱਚ ਅਲਾਰਮ ਵੱਜਦਾ ਰਹਿੰਦਾ ਲੈ ਪਰਸਨ ਨੇ ਓਬੇਸੇ ਲੈ ਪਰਸਨ ਨੇ ਜਿਹੜੇ ਬੰਦੇ ਨੇ ਮੋਟੇ ਉਹ
ਪਰਸਨ ਯੂਟਿਲਾਈਜ਼ਰ ਇਸਤੇਮਾਲ ਕਰ ਸਕਦੇ ਨੇ ਆਪੋਜ਼ਿਟ ਇਨਸਟਰੂਮੈਂਟ ਇੱਕ ਆਪੋਜ਼ਿਟ ਇਨਸਟਰੂਮੈਂਟ ਕਿ ਇਵਿਟਾਨੋ ਕਿ ਲਾ ਚੈਂਟੂਰਾ ਦੀ ਸੁਕਰੇਸਾ ਸਟਾ ਅਦਰੈਂਟੀ ਅਲ ਕੋਰਪੋ ਆਲਸੋ ਓਕੇ ਆਂਦੇ ਨੇ ਦੇ ਪਰਸਨ ਓਬੇਜ਼ ਜਿਹੜੇ ਮੋਟੇ ਬੰਦੇ ਨੇ ਪਰਸਨ ਯੂਟਿਲਾਈਜ਼ਰ ਯੂਜ਼ ਕਰ ਸਕਦੇ ਨੇ ਆਪੋਜ਼ਿਟ ਇਨਸਟਰੂਮੈਂਟ ਇੰਸਟਰੂਮੈਂਟ ਹੀ ਆਪੋਜ਼ਿਟ ਯਾਨੀ ਕਿ ਕੋਈ ਖਾਸ ਹੋਰ ਚੀਜ਼ ਕੋਈ ਇਸਤੇਮਾਲ ਕਰ ਸਕਦੇ ਨੇ ਕਿ ਵਿਤਾਨੋ ਜਿਹੜੀਆਂ ਮਨਾ ਕਰਨ ਦੀਆਂ ਕਿ ਲਾ ਚਿੰਤੂਰਾ ਦੀ ਸਿਕੁਰੇਸਾ ਜਿਹੜਾ ਸੇਫਟੀ ਬੈਲਟ ਸਤੀਆ ਦਰੰਤੀ ਅਲ ਕੋਰਪੋ ਕਿ ਕੋਰਪ ਜਿਹੜਾ ਨਾ ਯਾਨੀ ਕਿ ਜਿਹੜਾ ਜਿਸਮ ਹੈ ਉਹਨੂੰ ਟੱਚ ਕਰੇ ਦੋ ਆਲਸੋ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਇਸਤੇਮਾਲ ਉਹ ਨਹੀਂ ਕਰ ਸਕਦੇ ਕਿ ਉਹਨਾਂ ਦੇ ਜਿਸਮ ਨੂੰ ਟੱਚ ਨਾ ਜਦੋਂ ਬੈਲਟ ਪਹਿਨਾ ਤਾਂ ਉਹਨੇ ਟੱਚ ਤਾਂ ਕਰਨਾ ਹੀ ਹੈ ਨਾ ਜਿਸਮ ਨੂੰ ਉਹ ਕਿਹੜੀਆਂ ਚੀਜ਼ਾਂ ਨੇ ਕਿ ਉਹ ਬੰਦਾ ਪਾਏ ਤੇ ਜਿਸਮ ਨੂੰ ਟੱਚ ਨਾ ਕਰੇ ਬੈਲਟ ਨੋ ਫਾਲਸੋ ਅੱਛਾ ਇਹ ਕੁਝ ਅਸਾਂ ਪੜ੍ਹੇ ਸਨ ਉੱਥੇ ਵੀ ਠੀਕ ਹੈ ਅਰੋਤੋਲਾ ਤੋਰੇ ਜਿਹੜਾ ਸੀ ਉਹ ਜਿਹੜਾ ਬੈਲਟ ਨੂੰ ਗਲੇਟਦਾ ਆਪਣੇ ਅੰਦਰ ਸਾਰੇ ਡਾਇਰੇ ਚਿੰਤੂਰਾ ਦੀ ਸੁਕਰੇਸਾ ਉਹ ਐਸਰ ਦੀ ਸਾਤੀ ਬਾਤ ਅਸੀਂ ਉਹਨੂੰ ਡਿਸਐਕਟੀਵੇਟ ਕਰ ਸਕਦੇ ਹਾਂ ਜਾਂ ਮੋਡੀਫਿਕਾ ਤੋਂ ਜਾਂ ਉਹਨੂੰ ਮੋਡੀਫਾਈ ਕਰ ਸਕਦੇ ਹਾਂ ਜਾਂ ਚੇਂਜ ਕਰ ਸਕਦੇ ਹਾਂ ਦਲ ਕੁਦੂ ਚੈਨ ਤੇ ਡਰਾਈਵਰ ਨਾਲ ਸਿੱਖ ਰਿਹਾ ਫਸਤੂਦੀਓ ਦਲ ਪਸੇਜਰੋ ਅਗਰ ਉਹ ਫਸਤੂਦੀਓ ਯਾਨੀ ਕਿ ਉਹ ਪਰੇਸ਼ਾਨੀ ਦਾ ਬਾਇਸ ਬਣ ਰਿਹਾ ਅਲ ਪਸੇਜਰੋ ਪਸੇਂਜਰ ਨੂੰ ਨੋ ਫਾਲਸੋ ਅਸੀਂ ਉਹਨੂੰ ਡਿਸਐਕਟੀਵੇਟ ਵੀ ਨਹੀਂ ਕਰ ਸਕਦੇ ਲੈ ਚਿੰਤੂਰੇ ਦੀ ਸਿੱਖ ਰਿਹਾ ਸਾਨੂੰ ਉਤਲੀਤਾ ਤਰਸਕੁਰਾ ਮਿਲੇ ਨਾਲ ਚਿਰਕੁਰਾਸੀ ਨੂੰ ਉਰਬਾਨਾ ਨੋ ਫਾਲਸੋ ਯਾਨੀ ਕਿ ਜੇ ਚਿੰਤੂਰੇ ਦੀ ਸਿੱਖ ਰਿਹਾ ਨੂੰ ਇਸਤੇਮਾਲ ਕਰ ਦਿੰਦਾ ਇਹ ਤਰਸਕੁਰਾ ਮਿਲੇ ਵੇ ਨਾਲ ਚਿਰਕੁਰਾਸੀ ਨੂੰ ਉਰਬਾਨਾ ਵਿੱਚ ਨੋ ਫਾਲਸੋ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ ਇਹ ਪਤਾ ਨਹੀਂ ਕੁਇਜ਼ ਕਿੱਥੋਂ ਆਇਆ ਆਉਣਾ ਮਨਗਤ ਕੁਇਜ਼ ਨੇ ਜਿਹੜਾ ਜਿਨ੍ਹਾਂ ਦਾ ਉਹਨਾਂ ਕਹਿੰਦਾ ਲੱਕੀ ਗੋਨੀ ਇਹਨਾਂ ਦੇ ਨਾਲ ਇੱਥੋਂ ਉਹਨਾਂ ਦਾ ਨੋਨ ਓਬਲੀਗਾਟੋਰੀ ਉਤਲੀਜ਼ਾਰ ਲੈ ਚਿੰਤੂਰੇ ਦੀ ਸੁਕਰੇਸਾ ਨੋ ਫਾਲਸੋ ਸੁਕਰੇ ਸਾਥ ਸੈਂਪਰ ਓਬਲੀਗਾਟੋਰੀ ਹੁੰਦੇ 93% ਤੋਂ ਸੂਨ ਆਟੋ ਵਿਤੂਰਾ ਕੁਆਂਡੋ ਸੀ ਇਫੇ ਤੁਹਾਨੂੰ ਪ੍ਰਾਜੇਤੀ ਦੀ ਲੁੰਗੇਸਾ ਇਨਫੀਰੀਓਰੇ ਆ ਉਨ ਕਿਲੋਮੀਟਰੀ ਅਲ ਇੰਟੀਰਨੋ ਦੀ ਚੰਤਰੀ ਆ ਬਿਤਾਤੀ ਨੋ ਫਾਲਸੋ ਸਾਰਾ ਕੁਇਜ਼ ਫਾਲਸੋ ਹੈ ਲਉਦੋ ਦਰ ਚਿੰਤੂਰੇ ਸੁਕਰੇਸਾ ਕੰਸੈਂਟੇ ਟ੍ਰਾਂਸਪੋਰਟੋ ਬੰਬਿਨਿਕਸ ਇਸ ਦੇ ਲਈ ਅੰਤਰੀਓਰੇ ਇਹਨੂੰ ਬਰਾਚੋ ਇਨ ਬਰਾਚੋ ਆ ਉਨ ਆਦੂਲ ਤੋਂ ਸੈਂਸਾ ਪੈਰੀਕੋਲੋ ਉਹੀ ਜਿਹੜਾ ਮੈਂ ਦੱਸਿਆ ਸੀ ਬਈ ਇੱਕ ਬੰਦਾ ਸੀਟ ਜਿਹੜਾ ਨਾ ਬੱਚਾ ਨੂੰ ਤੁਸੀਂ ਟ੍ਰਾਂਸਪੋਰਟ ਕਰ ਸਕਦੇ ਹੋ ਆਪਣੇ ਅੱਗੇ ਬਹਾ ਕੇ ਯਾਨੀ ਕਿ ਅਗਲੀ ਸੀਟ ਤੇ ਬਹਾ ਕੇ ਲੇਕਿਨ ਅਸੀਂ ਉਹਨੂੰ ਇਕੱਠੇ ਨਾਲ ਆਸਰਾ ਰੱਖੀ ਰੱਖਾਂਗੇ ਇਕੱਠੇ ਨਾਲ ਗੱਡੀ ਚਲਾਈ ਚਲਾਉਂਦੇ ਨੋ ਫਾਲਸੋ ਇਹਨੂੰ ਬਰਾਚੋ ਲਿਖੀ ਤਿਆ ਨਾ ਬਈ ਇੱਕ ਬੱਚੇ ਨੂੰ ਰੱਖ ਲਾਂਦੇ ਸਿਵਿਲੀ ਇੰਟਰੀਅਰ ਅਗਲੀ ਸੀਟ ਤੇ ਐਸਾ ਕੁਝ ਪੜ੍ਹੇ ਸਨ ਉੱਥੇ ਵੀ ਸੋਨੋ ਪ੍ਰਵਿਸ਼ ਤੇ ਸਾਂਝੀਓ ਨੇ ਫਿਰ ਕੀ ਯਾਨੀ ਕਿ ਨੇ ਉਹਨਾਂ ਵਾਸਤੇ ਸਜ਼ਾਵਾਂ ਨੇ ਉਹਨਾਂ ਵਾਸਤੇ ਕਿਹਨਾਂ ਵਾਸਤੇ ਫਿਰ ਫੱਚੇ ਤੋਂ ਉਸ ਦਰਾ ਚਿੰਤੂਰਾ ਦੀ ਸੁਕਰੇਸਾ ਨਹੀਂ ਅਲਤੇਰੀ ਉਹ ਉਸਤਾ ਕੋਲੀ ਇਲ ਨੋਰਮਾਲ ਹੈ ਫੰਕਸ਼ਨਮੈਂਟ ਕੀ ਕੋਈ ਫਿਰ ਫੱਚੇ ਤੋਂ ਉਸ ਦਰਾ ਚਿੰਤੂਰਾ ਦੀ ਸੁਕਰੇਸਾ ਨਹੀਂ ਅਲਤੇਰੀ ਉਹ ਉਸਤਾ ਕੋਲੀ ਇਲ ਨੋਰਮਾਲ ਹੈ ਫੰਕਸ਼ਨਮੈਂਟ ਉਸਤਾ ਕੋਲੀ ਵਾਹ ਓਕੇ ਜੀ ਇਸ ਕੁਇਜ਼ ਦੀ ਨਿਸ਼ਾਨੀ ਇਸ ਕੁਇਜ਼ ਦਾ ਕੋਈ ਤਲਕ ਨਹੀਂ ਹੈ ਪਤਾ ਨਹੀਂ ਇਹ ਕਿਸ ਤਰ੍ਹਾਂ ਇਹਦੀ ਨਿਸ਼ਾਨੀ ਲਾ ਲਓ ਜਿਹੜਾ ਇਸ ਕੁਇਜ਼ ਪ੍ਰਵੇਸ਼ ਦੀ ਸਾਂਝੀਓ ਨਹੀਂ ਫਿਰ ਕੀ ਫੱਚੇ ਦਊ ਤੋਂ ਦਲੇ ਚਿੰਤੂਰੇ ਦੀ ਸੁਕਰੇਸਾ ਯਾਨੀ ਕਿ ਸੋਨਾ ਪ੍ਰਵੇਸ਼ ਦੀ ਸਾਂਝੀਓ ਨਹੀਂ ਉਹਨਾਂ ਵਾਸਤੇ ਨੁਕਸਾਨ ਨੇ ਫਿਰ ਦਲੇ ਚਿੰਤੂਰੇ ਦੀ ਸੁਕਰੇਸੇ ਜਿਹੜੇ ਯੂਜ਼ ਕਰਦੇ ਨੇ ਚਿੰਤੂਰੇ ਦੀ ਸੁਕਰੇਸੇ ਨਹੀਂ ਹਲ ਤੇਰੀ ਉਹ ਉਸਤਾ ਕੋਲੀ ਇਲ ਨੋਰਮਾਲ ਹੈ ਫੰਕਸ਼ਨਮੈਂਟ ਨਹੀਂ ਹਲ ਤੇਰੀ ਉਹ ਉਸਤਾ ਕੋਲੀ ਇਲ ਨੋਰਮਾਲ ਹੈ ਫੰਕਸ਼ਨਮੈਂਟ ਹਾਂ ਸੋਰੀ 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 ਠੀਕ ਹੈ ਉਹ ਪੇ ਆਖਦੇ ਨੇ ਸੋਨੂੰ ਪ੍ਰਵੇਸ਼ ਤੇ ਸਮਝੀਓ ਨਹੀਂ ਫਿਰ ਕੀ ਉਹਨਾਂ ਬੰਦਿਆਂ ਵਾਸਤੇ ਨੁਕਸਾਨ ਹੈ ਜਾਂ ਉਹਨਾਂ ਵਾਸਤੇ ਸਜ਼ਾਵਾਂ ਤੇ ਜੁਰਮਾਨੇ ਨੇ ਫਿਰ ਕੀ ਫਿਰ ਫੱਚੇ ਦਾ ਉਸ ਦਲ ਚਿੰਤੂਰੇ ਦੇ ਸੁਕਰੇ ਸੇ ਯੂਜ਼ ਕਰਦੇ ਹਾਂ ਬੈਲਟ ਨਹੀਂ ਹਲ ਤੇਰੀ ਉਹ ਉਸਤਾ ਕੋਲੀ ਯਾਨੀ ਕਿ ਉਹਨਾਂ ਦੇ ਵਿੱਚ ਰੁਕਾਵਟਾਂ ਹੋਣ ਉਹਨਾਂ ਦੇ ਵਿੱਚ ਮਸਾਇਲ ਹੋਣ ਕਿਹਨਾਂ ਦੇ ਵਿੱਚ ਬੈਲਟਾਂ ਵਿੱਚ
ਨੋਰਮਲ ਹੈ ਫੰਕਸ਼ਨਮੈਂਟ ਜਿਹੜਾ ਉਹਨਾਂ ਦਾ ਨੋਰਮਲ ਕੰਮ ਕਰਨਾ ਨਾ ਬੈਲਟਾਂ ਦਾ, ਅਗਰ ਉਹਨਾਂ ਦੇ ਵਿੱਚ ਕੋਈ ਮਸਲੇ ਮਸਾਇਲ ਨੇ ਨਾ ਤੇ ਤੁਹਾਡੇ ਵਾਸਤੇ ਇੱਕ ਸਮਝੀ ਹੋਣੇ ਬਿਲਕੁਲ ਜ਼ੀਰੋ। ਸੇ ਨੋਨ ਸੀ ਅਲਾਚਾ ਲਾਚੇਂਟੂਰਾ ਦੀ ਸੁਕਰੇਤਾ, ਅਗਰ ਤੁਸੀਂ ਨਹੀਂ ਪਹਿਨਦੇ ਬੈਲਟ ਇਨ ਕਾਜ਼ੋ ਦੀ ਇੰਪਰੋਵਿਜ਼ਾ ਫਰੇਨਾਤਾ, ਅਗਰ ਯਕਦਮ ਅਸੀਂ ਬ੍ਰੇਕ ਮਾਰਨੇ ਆ, ਸੀ ਪੂ ਐਸੇ ਰੇ ਪ੍ਰੋਯਤਾਤੀ ਕੌਂਟਰਾ, ਤੁਹਾਨੂੰ ਸਟਿਆ ਜਾ ਸਕਦਾ ਕੌਂਟਰਲ ਪਰਾਬਰੇਜ਼ਾ ਜਿਹੜਾ ਸ਼ੀਸ਼ਾ ਨੇ ਫਰੰਟ ਵਾਲਾ ਉਹਦੇ ਸਾਹਮਣੇ, ਯਾਨੀ ਕਿ ਅਸੀਂ ਬ੍ਰੇਕ ਮਾਰਾ ਤੇ ਯਕਦਮ ਬੰਦਾ ਜਾ ਕੇ ਸ਼ੀਸ਼ੇ ਨੂੰ ਵੱਜਦਾ ਅਗਲੇ ਨੂੰ, ਠੀਕ ਹੈ, ਜੇ ਅਗਰ ਯਕਦਮ ਬ੍ਰੇਕ ਵੱਜਦੀ ਹੈ ਬਿਲਕੁਲ ਵੇਰਾ। ਸਹੀ ਵਹੀਕਲ ਦੋ ਤਾਤੇ ਦੀ ਏਅਰਬੈਗ ਫਰੰਟਾਲੀ ਏਅਰ ਲੈਟਰਾਲੀ, ਸੀਪੂ ਫਾਰ ਮੈਨੂੰ ਦੇ ਲਾ ਚਾਰ ਲਾ ਚਿੰਤੂ ਰਹੇ ਸੁਕਰੇ ਸਾ, ਤੁਸੀਂ ਸੀਪੂ ਫਾਰ ਮੈਨੂੰ ਦੇ ਲਾ ਚਾਰ ਲਾ ਚਿੰਤੂ ਰਹੇ ਸੁਕਰੇ ਸਾ, ਬੈਲਟ ਪਾਈਓ ਬਗੈਰ ਟਰੈਵਲ ਕਰ ਸਕਦੇ ਹੋ, ਨੋ ਫਾਲਸ ਆਉਂਦਾ, ਅਗਰ ਗੱਡੀ ਵਿੱਚ ਲੱਗਿਆ ਹੋਵੇ ਏਅਰਬੈਗ ਫਰੰਟਾਲੇ ਫਰੰਟ ਵਾਲਾ ਇਹ ਲੈਟਰਾਲੀ ਸਾਈਡ ਵਾਲਾ, ਸੀਪੂ ਫਾਰ ਮੈਨੂੰ ਦੇ ਲਾ ਚਾਰ ਲਾ ਚਿੰਤੂ ਰਹੇ ਸੁਕਰੇ ਸਾ, ਤੁਸੀਂ ਚੱਲ ਸਕਦੇ ਹੋ, ਤੁਸੀਂ ਕਰ ਸਕਦੇ ਹੋ, ਮੈਨੂੰ ਦੇ ਲਾ ਚਾਰ ਨਾ ਪਹਿਨਿਆ ਹੋਇਆ ਸੇਫਟੀ ਬੈਲਟ, ਨੋ ਫਾਲਸ ਸੇਫਟੀ ਬੈਲਟ ਸਭ ਪਹਿਣੀ ਪੈਣਾ, ਏਅਰਬੈਗ ਦਾ ਕਿਹੜਾ ਤਲਕ, ਏਅਰਬੈਗਾਂ ਦਾ ਆਪਣਾ ਕੰਮ ਹੈ ਸੇਫਟੀ ਬੈਲਟ ਦਾ ਆਪਣਾ ਤਲਕ, ਇਹ ਕਿਹੜਾ ਮਕਸਦ ਹੈ ਕਿ ਬਈ ਏਅਰਬੈਗ ਲੱਗੇ ਹੋਣ ਤਾਂ ਸੇਫਟੀ ਬੈਲਟ ਪਾਉਣ ਦੀ ਲੋੜ ਪੈਣੀ ਹੈ, ਤੇ ਜੇ ਕੰਟਰਾਰੀ ਵੇਖੀਏ ਤਾਂ ਫਿਰ ਤਾਂ ਬੰਦਾ ਆਖੇ ਸੇਫਟੀ ਬੈਲਟ ਹਰ ਗੱਡੀ ਦੇ ਵਿੱਚ ਹੁੰਦੇ ਨੇ, ਏਅਰਬੈਗ ਲਾਉਣ ਦੀ ਲੋੜ ਹੀ ਕੋਈ ਗੱਡੀ ਵਿੱਚ ਰਹਿਣ ਦਿਓ, ਲੇਕਿਨ ਦੋਵੇਂ ਚੀਜ਼ਾਂ ਉਹਨੂੰ ਲਾਈਆਂ ਹੁੰਦੀਆਂ ਨੇ, ਦੋਵਾਂ ਦਾ ਆਪਣਾ ਆਪਣਾ ਸਕੋਪ ਹੋਵੇ। ਲੇਕਿਨ ਤੁਰੇ ਸੁਕਰੇ ਸਾਹਿਬ ਵਾਨੋ ਅਗਨ ਚਾਤੇ ਸੋਲੋ ਸੇਸੀ ਚਿਰਕੁਲਾ ਵੇਲੋਚੀਤਾ ਉਗਵਾਲੇ ਉਹ ਸੁਪਰੀਓਰੇ ਯਾਤਰਾ ਦਾ ਕਿਲੋਮੀਟਰ, ਨੋ ਫਾਲਸ ਆਫ ਵੇਲੋਚੀਤਾ ਸਪੀਡ ਦਾ ਕੋਈ ਕੰਸੈਪਟ ਨਹੀਂ ਹੈ ਚਿੰਤੂਰੀਆ ਪਾਉਣ ਨਾਲ। ਅੱਛਾ ਉਹ ਬੰਦੇ ਨੇ ਜਿਨ੍ਹਾਂ ਦਾ ਅਸਾਂ ਆਖਿਆ ਸੀ ਕਿ ਤ੍ਰੈ ਬੰਦੇ ਉਹਨੇ ਜਿਹੜੇ ਬੰਦੇ ਚਿੰਤੂਰੇ ਨਹੀਂ ਪਾਉਣ ਦੇ, ਇਹਨਾਂ ਦੇ ਕਰਾਂਦਾ ਲਡੋਨੇ ਸਤਾਤੋ ਦੀ ਗ੍ਰਾਵੇਦੇਨ ਸਾ, ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਨੋਨ ਸੋਨੋ ਓਬਲੀਗੋ ਚਿੰਤੂਰੇ ਸੁਕਰੇ ਸਾਹਿਬ ਪਾਉਣ, ਬਿਲਕੁਲ ਵੇਰੋ, ਲੇ ਪਰਸੋਂ ਨੇ ਸੋਫਰੋ ਨੂੰ ਪਾਰਟੀਕਲ ਮਲਾਤੀਏ ਚਰਤੀਫਿਕਾ ਤੋਂ, ਜਿਹੜੇ ਬੰਦੇ ਨੇ ਜਿਹਨਾਂ ਦੇ ਕੋਲ ਹੈ ਵੇ ਖਾਸ ਕਿਸਮ ਦਾ ਸਰਟੀਫਿਕੇਟ ਉਹ ਵੀ ਨਹੀਂ, ਬਿਲਕੁਲ ਵੇਰੋ, ਲੀ ਇਸਤਰੀ ਦੀ ਗਵਿਦਾ ਜਾਚ ਸਿਖਾਉਂਦੇ ਨੇ ਬੰਦਿਆਂ ਨੂੰ ਡਰਾਈਵਰੀ ਦੀ, ਠੀਕ ਹੈ। ਇਹ ਤ੍ਰੈ ਚੀਜ਼ਾਂ ਸਨ ਜਿਹੜੇ ਉਹ ਬੰਦੇ ਕੁਇਜ਼ਾਂ ਦੇ ਵਿੱਚ ਕਿ ਜਿਹੜੇ ਬੰਦੇ ਬੈਲਟ ਨਹੀਂ, ਠੀਕ ਸਿੰਪਲ, ਜਿਹੜੇ ਬਿਮਾਰ ਨੇ ਬੜੇ ਡਾਢੇ ਉਹ, ਜਾਂ ਜਿਹੜੀਆਂ ਔਰਤਾਂ ਪ੍ਰੈਗਨੈਂਟ ਨੇ ਉਹ, ਜਾਂ ਜਿਹੜੇ ਬੰਦੇ ਡਰਾਈਵਰੀ ਸਿਖਾਉਂਦੇ ਨੇ ਉਹ ਨਹੀਂ ਪਾ ਸਕਦੇ ਬੈਲਟ, ਬਿਲਕੁਲ ਟ੍ਰੈਵਲ ਕੁਇਜ਼ ਬਕਾਇਆ ਦੂਜੇ ਨੂੰ ਤੁਸੀਂ ਖੁਦ ਕਰੋ ਫਾਲਸ। ਏਅਰਬੈਗ ਆ ਗਿਆ ਜੀ, ਲਾਇਰ ਬੈਗ ਉਹਨੂੰ ਕੁਸ਼ੀ ਨਾ ਗੁਨਫਿਆਬਲੇ ਦੀ ਨਾਲੋਂ ਨੇ ਅਲਟਰ ਮਟਰੀਅਲ ਸਿੰਥੀਟਿਕ, ਬਿਲਕੁਲ ਵੇਰੋ, ਇੱਕ ਏਅਰਬੈਗ ਜਿਹੜਾ ਇੱਕ ਕੁਸ਼ੀ ਨਾ ਗੁਨਫਿਆਬਲੇ, ਜਾਂਦੀ ਇੱਕ ਸਰਾਣਾ ਟੈਪ ਹੁੰਦਾ ਫੁੱਲਣ ਵਾਲਾ ਨਾਇਲੋਨ ਟੈਪ, ਨਾਇਲੋਨ ਦਾ ਬੜਾ ਅਲਟਰ ਮਟਰੀਅਲ ਸਿੰਥੀਟਿਕ ਜਾਂ ਔਰ ਮੁਨਾਸਬ ਮਟੀਰੀਅਲ ਜਿਹੜਾ ਉਹਦੇ ਨਾਲ ਬਣਦਾ, ਬਿਲਕੁਲ ਵੇਰੋ। ਲਾਇਰ ਬੈਗ ਐਂਟਰਾ ਇਨ ਫੰਕਸ਼ਨ ਇਨ ਕਾਜ਼ ਦੇ ਇੰਸੀਡੈਂਟ ਸਟਰਾਦਾ ਲੈਕੋ ਨੂੰ ਨੂੰ ਤੋਂ ਲੈਂਦੇ, ਯਾਨੀ ਕਿ ਉਦੋਂ ਆਨ ਹੁੰਦਾ ਜਦੋਂ ਇੱਕ ਝਟਕਾ ਵੱਜਦਾ ਸਾਨੂੰ ਗੱਡੀ ਨੂੰ, ਠੀਕ ਹੈ, ਬਿਲਕੁਲ ਵੇਰੋ, ਕਿਉਂਕਿ ਅਸਾਂ ਬੜਿਆ ਸੀ ਕਿ ਏਅਰਬੈਗ ਜਿਹੜਾ ਇਨ ਪੋਕੀ ਮਿਲੀ ਸੈਕਿੰਡ ਦੀ ਜਿਹੜੀ ਮੇਤਰੀ ਹੁੰਦੀ ਹੈ ਨਾ ਉਹਦੇ ਵਿੱਚ ਵਿੱਚ ਆਨ ਹੁੰਦਾ ਅਗਰ ਇਹਨੂੰ ਝਟਕਾ ਲੱਗੇ। ਲਾਇਰ ਬੈਗ ਪੁਐਸਰੇ ਪੈਰੀ ਕਲੋਜ਼ੋ ਸਿਸੀ ਆਤੀਵਾ ਮੈਂਟਰੇ ਨੋਨ ਸੀ ਇੰਦੋ ਸਾਲਾ ਚਿੰਤੂਰਾ ਦੇ ਸੁਕਰੇ ਸਾਹ, ਬੇਸ਼ਕ ਬੇਸ਼ਕ ਵੇਰੋ ਵੇਖੋ ਦੀ ਵਜ੍ਹਾ ਕੀ ਵਜ੍ਹਾ, ਚਿੰਤੂਰੇ ਦਾ ਸਿਕਰੇਸ ਦਾ ਆਪਣਾ ਕੰਮ ਹੈ, ਏਅਰਬੈਗ ਦਾ ਆਪਣਾ ਕੰਮ ਹੈ, ਚਿੰਤੂਰਾ ਸਿਕਰੇਸਾ ਤੁਸੀਂ ਪਾਓ ਜਾਂ ਨਾ ਪਾਓ ਏਅਰਬੈਗ ਨੇ ਉਦੋਂ ਆਨ ਹੋਣਾ ਜਦੋਂ ਇਹਨੂੰ ਝਟਕਾ ਵੱਜਣਾ, ਠੀਕ ਹੈ। ਲਾ ਏਅਰਬੈਗ ਪੁਐਸਰ ਖਤਰਨਾਕ ਹੋ ਸਕਦਾ ਨਾ ਪਹਿਣੇ ਆਵੇ, ਲਾ ਚਿੰਤੂ ਰਾ ਸੁਕਰੇ ਬੈਲਟ ਜਦੋਂ ਅਸਾਂ ਸੇਫਟੀ ਬੈਲਟ ਨਾ ਪਾਏ ਹੋਵੇ, ਏਅਰਬੈਗ ਜਿਹੜਾ ਇਹ ਖਤਰਨਾਕ ਹੋ ਸਕਦਾ, ਉਹਦੀ ਵਜ੍ਹਾ ਕੀ ਹੈ, ਕਿਉਂ ਖਤਰਨਾਕ ਏਅਰਬੈਗ ਹੋ ਸਕਦਾ ਅਗਰ ਚਿੰਤੂ ਰੇ ਸੁਕਰੇ ਸਾ ਨਾ ਪਾਏ ਹੋਵੇ। ਅੱਛਾ ਇੱਕ ਗੱਲ ਇਹ ਵੀ ਅਸੀਂ ਚਿੰਤੂਰੇ ਦੀ ਸੁਪਰੇਸਾ ਨਹੀਂ ਨਾ ਪਾਇਆ ਤੇ ਅਸੀਂ ਆਪਣੀ ਸੀਟ ਉੱਤੇ ਕਾਇਮ ਨਹੀਂ ਰਹਿ ਸਕਦੇ ਅਗਰ ਹਾਦਸਾ ਹੁੰਦਾ ਤੇ। ਦੂਜੀ ਗੱਲ ਇਹ ਵੇ ਜਿਸ ਟਾਈਮ ਚਿੰਤੂਰੇ ਦੀ ਸੁਪਰੇਸਾ ਨਹੀਂ ਪਾਇਆ ਹੋਣਾ ਤੇ ਏਅਰਬੈਗ ਨੇ ਫਟਣਾ, ਏਅਰਬੈਗ ਫਟਦਾ ਤੂੰ ਫੁੱਲ ਜਾਂਦਾ, ਜਿਸ ਟਾਈਮ ਉਹਨੇ ਫੁੱਲਣਾ ਹੈ ਨਾ ਤੇ ਇਹ ਚਿੰਤੂਰੇ ਦੀ ਸੁਪਰੇਸਾ ਨਾ ਪਾਇਆ ਹੋਇਆ ਅਸਾਂ ਵੱਜਣਾ ਉਹਦੇ ਉੱਤੇ,
ਹੋ ਸਕੇ ਉਹ ਕਿਸੇ ਕਿਸਮ ਦਾ ਕੋਈ ਨੁਕਸਾਨ ਕ੍ਰੀਏਟ ਕਰੇ। ਅਗਰ ਅਸੀਂ ਚਿੰਤੂਰੇ ਦੇ ਸੁਪਰੇ ਸਾਹਿਬ ਪਾਇਆ ਹੋਵੇ ਤਾਂ ਏਅਰਬੈਗ ਨੇ ਕੀ ਕਰਨਾ, ਏਅਰਬੈਗ ਨੇ ਫੁੱਲ ਕੇ ਤੇ ਸਾਡੇ ਮੂੰਹ ਤੱਕ ਆ ਜਾਣਾ, ਯਾਨੀ ਕਿ ਅਸੀਂ ਉੱਥੇ ਦੇ ਉੱਥੇ ਹੀ ਹਾਂ ਸੀਟ 'ਤੇ ਬੈਠੇ, ਲੇਕਿਨ ਏਅਰਬੈਗ ਨੇ ਅੱਗੋਂ ਸਾਰੀ ਥਾਂ ਕਲ ਕਵਰ ਕਰ ਛੱਡੀ।